ਕੀ ਹਾਲ ਚਾਲ, ਆ ਗਏ ਠਰਕੀਆਂ ਦੀ ਕੁਵੀਨ ਸੋਨੀਆ ਅਰੋੜਾ ਦੇ ਨਾਲ। ਜਿਵੇਂ ਜਿਵੇਂ ਕੈਨੇਡਾ ਚ ਪੰਜਾਬੀ ਵੱਧ ਰਹੇ ਆ, ਉਵੇਂ ਉਵੇਂ ਇਹਦੇ ਵੱਧ ਰਹੇ ਆ ਫੈਨ ਠਰਕੀ। ਟਾਈਮ ਨਾਲ ਹੀ ਰੱਜ ਕੇ ਇੱਕ ਮਿੰਟ ਫਿਰ ਕਹਿਣਗੇ ਸਾਡੇ ਤੋਂ ਸੌ ਮੁੰਡਾ ਤਾਂ ਮਿਲਣਾ ਹੀ ਨਹੀਂ, ਬੈਠੇ ਹੀ ਆਪਾਂ ਕਿਹੜੇ ਪਾਸੇ ਹੁੰਦੇ ਆ। ਆਓ ਕੰਨਾਂ 'ਚ ਹੈਡਫੋਨ ਪਾ ਲਓ ਤੇ ਬਸ, ਕੰਨਾਂ 'ਚ ਹੈਡਫੋਨ ਹੀ ਪਾਉਣੇ ਆ ਇਕੱਲੇ। ਆਓ ਟੈਲੈਂਟ ਚੈੱਕ ਕਰਾਈਏ ਤੁਹਾਨੂੰ। ਟਾਈਮ ਦੇਣ ਵਾਲੀ ਨਹੀਂ, ਟਾਈਮ ਪਰ ਦੇਣ ਵਾਲੀ ਚਾਹੀਏ। ਗੰਦ ਜਿੰਨਾ ਮਰਜ਼ੀ ਪਵਾ ਲਓ ਇਹਨਾਂ ਤੋਂ, ਲੋਕਾਂ ਨੂੰ ਚੰਗੇ ਛੱਡੋ, ਪੁੱਠੇ ਕੰਮੀ ਜਿੰਨਾ ਮਰਜ਼ੀ ਲਵਾ ਲਓ, ਟਾਈਮ 'ਤੇ ਤਾਂ ਆਪੇ ਹੀ ਦਊ, ਪੇਮੈਂਟ ਜੋ ਐਡਵਾਂਸ ਜਾਂਦੀ ਹੈ। ਤੂੰ ਸਾਲਿਆ, ਤੈਨੂੰ ਕਿਹਨੇ ਭੇਜਿਆ ਸੀ ਇਹਦੇ ਕੋਲ? ਅਬੇ ਕਾਂਡ ਕਰਨੇ ਕੀ ਉਮਰ ਮੇਂ ਕਰਮ ਕਿਉਂ ਕਰੇ, ਔਰ ਜਬ ਬੇਸ਼ਰਮ ਹੈ ਹਮ ਤੋ ਸ਼ਰਮ ਕਿਉਂ ਕਰੇ। ਸ਼ਰਮ ਕਰਨ ਵਾਲਾ ਹੈ ਵੀ ਕੀ ਤੇਰੇ ਕੋਲ, ਸਭ ਕੁਛ ਤਾਂ ਵੰਡ ਸੁੱਟੀ ਆਈ। ਜੇ ਤੇਰੇ ਵਰਗੀ ਵੀ ਸ਼ਰਮ ਕਰਦੀ, ਸੋਰੀ ਕਰਦਾ ਪਤਾ ਨਹੀਂ, ਛੇ ਵਰਗੀ ਵੀ ਸ਼ਰਮ ਕਰਦੀ ਤਾਂ ਫਿਰ ਕਿਸ਼ਤੀ ਤਾਂ ਤੇਰੀ ਤਰ ਗਈ ਸੀ। ਉਹ ਚੱਲੀ ਪਾਣੀ 'ਚ, ਮੂਦੇ ਥੋੜ੍ਹਾ ਜਿਹਾ ਹੋਰ ਰਿੜ ਜੂਗੀ। ਲੈ ਮੈਂ ਪਾਣੀ ਲਾਵਾ। ਕੁੰਡੀ ਲਗਾ ਲੋ ਸਈਆ। ਆਹ ਕਿਹੜੀ ਕੁੰਡੀ ਹੈ ਜਿਹੜੀ ਐਂ ਲੱਗਦੀ ਹੈ? ਮੈਂ ਸੁਣਿਆ ਕੁੰਡੀ ਬੂਹਿਆਂ 'ਤੇ ਹੁੰਦੀ ਆ, ਨਾਲੇ ਇਹੋ ਜਿਹਾ ਕਿਹੜਾ ਸਈਆਂ ਘੂਸਾ ਜਿਹਨੂੰ ਦੱਸਣਾ ਪੈਂਦਾ ਵੀ ਕੁੰਡੀ ਲਾ ਲਾ। ਹਫ ਜੂਗਾ ਚੜ ਕੇ ਪੌੜੀਆਂ, ਇੱਧਰ ਆਏ ਥੱਲੇ ਸਾਹ ਚੜੂਗੇ ਤੈਨੂੰ। ਇਹਨੇ ਤਾਂ ਕਦੇ ਰੀਜਨਲ ਨਹੀਂ ਟੱਪੇ ਜਿੰਨੇ ਇਹ ਨਕਲੀ ਨਚਾ ਰਹੀ ਹੈ। ਸੈਂਟਰ ਨੂੰ ਫੋਰਚੂਨਰ ਬਣਾ ਰਹੀ ਹੈ, 4x4 ਹੈਗਾ। ਸਾਨੂੰ ਕੁਛ ਜ਼ਿਆਦਾ ਨਹੀਂ ਲੱਗੇ ਰੀਲਾਂ ਵਾਲੀਆਂ ਨੂੰ, ਕੁਛ ਕੁ ਟਾਈਮ ਤੋਂ ਪਤਾ ਨਹੀਂ ਕਿਹੜਾ ਸੱਪ ਸੌਂ ਗਿਆ, ਪਤਾ ਨਹੀਂ ਕੀ ਫਸਿਆ ਇਹਨਾਂ ਦੇ ਗਲੇ 'ਚ। ਬਲਗਮ ਦੇ ਗੋਲੇ ਦੀ ਗੱਲ ਕਰੀ ਜਾਂਦਾ ਮੈਂ, ਠਰਤੀ ਆ ਇਹ ਯੂਟਿਊਬ ਆ ਪੇਰਾ ਮਿੰਨੀ ਨਹੀਂ, ਸਰੋਂ ਦਿਨ ਭਰਿਆ ਰਹਿੰਦਾ ਅੰਦਰੋਂ। ਵਿਆਹ ਤੇ ਕਰਾ ਲਾਂ ਪਰ ਮੇਰੇ ਘਰ ਦੇ ਕਹਿੰਦੇ ਨੇ ਤੇਰਾ ਵੱਡਾ ਹੋਣਾ ਜ਼ਰੂਰੀ ਏ। ਅੱਛਾ, ਮੇਰੇ ਘਰ ਦੇ ਤੇ ਕਹਿੰਦੇ ਨੇ ਖੜਾ ਹੋਣਾ ਜ਼ਰੂਰੀ ਏ। ਆਓ ਖੜੇ ਕਰੀ ਜਾਓ। ਬਸ ਮੈਂ ਸੋਸ਼ਲ ਮੀਡੀਆ ਤੇ ਕਦੇ ਸੋਚਿਆ ਨਹੀਂ ਸੀ ਵੀ ਇੰਨਾ ਵੀ ਕੰਮ ਚੱਲ ਜੂ ਇਹਨਾਂ ਦਾ। ਚੰਗੇ ਬੰਦੇ ਨੂੰ ਕੋਈ ਪੁੱਛਦਾ ਨਹੀਂ ਤੇ ਇਹਨਾਂ ਨੂੰ ਬਿਨਾਂ ਪ੍ਰਮੋਸ਼ਨ ਤੇ ਚੱਲੀ ਜਾਂਦੀਆਂ। ਬਸ ਇੱਕ ਚੀਜ਼ ਵੇਖੀ ਹੈ ਮੈਂ, ਲੋਕਾਂ ਨੂੰ ਮਿਲਾਵਟੀ ਚੀਜ਼ਾਂ ਬੜੀਆਂ ਪਸੰਦ ਨੇ, ਨਕਲੀ। ਮੈਨੇ ਕਬ ਬੋਲਾ ਕਿ ਮੈਂ ਹਸੀਨ ਹੂੰ? ਟਰਕੀ ਬ੍ਰੋ, ਜੋ ਤੂੰ ਵੇਖ ਰਿਹਾ ਓਰੀਜਨਲ ਨਹੀਂ ਆ, ਸਭ ਮੋਹ ਮਾਇਆ ਹੈ। ਐਵੇਂ ਦੁਨੀਆ ਲੁੱਟਣ ਦਾ ਮਾਰਾ ਜ਼ੋਰ ਨਾ ਲਾ ਲਈ, ਬਾਅਦ ਚੋਂ ਹੱਥ ਵੀ ਦੁਖਦਾ ਤੇ ਪੈਰਾਂ ਦੀ ਅੱਡੀ ਵੀ। ਚਲੋ ਚਲੋ ਖੇਡੂਗੀ, ਓਏ ਸੈਲਫੀ ਮੰਗਣੀ ਹੈ ਮੈਂ ਤਾਂ। ਮੈਂ ਕਮੇਟੀ ਦੇਣ ਚੱਲੀ ਆ। ਓਏ ਤਾਂ ਮੈਂ ਦੇ ਆਇਆ ਸਾਂ। ਤੁਸੀਂ ਪਿਛਲੀ ਦੇ ਕੇ ਆਏ ਹੋ, ਮੈਂ ਅਗਲੀ ਦੇਣ ਚੱਲੀ ਆ। ਅਗਲੀ ਹੈ ਕਮੇਟੀ, ਨਾਲੇ ਕਹਿੰਦਾ ਸੀ ਬੰਦ ਕਰਤੀਆਂ ਕਮੇਟੀਆਂ। This you, this is me, this is all we need. ਓਏ ਉਹਨੂੰ ਤੇਰੀ ਲੋੜ ਨਹੀਂ, ਵੈਸੇ ਤੇਲ ਵਾਲੀ ਸੀਸੀ ਕਿਉਂ ਚੱਕੀ ਆ? ਤੂੰ ਕਿਹੜਾ ਚੰਪੀ ਕਰਨ ਚੱਲੀ ਆ, ਚੱਲਣਾ ਪਤਾ ਨਹੀਂ ਕੀ ਹੈ। ਨਾਲੇ ਉਹਨੂੰ ਤੇਲ ਦੀ ਲੋੜ ਨਹੀਂ, ਸੰਦ ਬੱਲੇ ਹੀ ਘੜ ਕੇ ਰੱਖੇ ਨੇ, ਗੱਡ ਕੇ ਸਿੱਟ ਦੂਗਾ ਚੱਦਰਾਂ ਚ ਸਾਂ ਆਇਆ ਕਰੂ ਫਿਰ। ਹਾਂ ਤੁਸੀਂ ਕਿੰਨੇ ਕਮਜ਼ੋਰ ਹੋ ਗਏ ਹੋ, ਕੁਛ ਲਿਆ ਕਰੋ। ਹੋ ਜਾ ਆ ਕੁੰਡੀ ਲਾਉਣ ਤੋਂ ਚੰਗਾ ਕੋਈ ਹੋਰ ਕੰਮ ਕਰ ਲਓ, ਜਿਹਦੇ ਨਾਲ ਵਧੀਆ ਕਮਾਈ ਵੀ ਹੋਵੇ ਤੇ ਆਰਾਮ ਨਾਲ।
ਇੱਜ਼ਤ ਵਾਲਾ ਕੰਮ ਕਰ ਲਓ ਕੋਈ। ਅੱਜ ਮੈਂ ਲੈ ਕੇ ਆਇਆ ਤੁਹਾਡੇ ਲਈ ਬਾਇਨੋਮੋ ਐਪ। ਬਾਇਨੋਮੋ ਇੱਕ ਹੋਨਸ ਟ੍ਰੇਡਿੰਗ ਐਪ ਹੈ, ਮੇਰਾ ਜਿੰਨਾ ਸਾਰਾ ਮੋਟਾ ਚਿਲ ਮੋੜਾ ਸਾਰਾ ਹੀ ਇੱਥੋਂ ਵਰਨ ਕਰਦਾ ਹੈ। ਸਭ ਤੋਂ ਪਹਿਲਾਂ ਬਾਇਨੋਮੋ ਐਪ ਨੂੰ ਫੋਨ ਦੇ ਅੰਦਰ ਇੰਸਟਾਲ ਕਰਨਾ, ਇੰਸਟਾਲ ਕਰਨ ਤੋਂ ਬਾਅਦ ਐਪ ਨੂੰ ਓਪਨ ਕਰ ਲੈਣਾ। ਓਪਨ ਕਰਨ ਤੋਂ ਬਾਅਦ ਤੁਸੀਂ ਮੇਰੇ ਜਿਹੜੇ ਅਕਾਊਂਟ 'ਚ ਬੈਲੈਂਸ ਚੈੱਕ ਕਰੋ, 23,778 ਰੁਪਏ ਡਿਪੋਜ਼ਿਟ 'ਤੇ ਕਲਿੱਕ ਕਰਕੇ ਪੈਸੇ ਐਡ ਕਰ ਸਕਦੇ ਹਾਂ। ਐਸੈਟ 'ਤੇ ਕਲਿੱਕ ਕਰਕੇ ਐਸੈਟ ਦੀਆਂ ਆਪਸ਼ਨ ਮਿਲ ਜਾਣਗੀਆਂ, ਜਿੱਦਾਂ ਪਹਿਲਾਂ ਸਿਲੈਕਟ ਕੀਤਾ ਹੋਇਆ। ਹੁਣ ਆਪਾਂ ਬਾਇਨੋਮੋ ਅੰਦਰ ਪੈਸੇ ਐਡ ਕਰਾਂਗੇ। ਇਨਵੈਸਟਮੈਂਟ ਲਈ ਆਪਾਂ ਉੱਪਰ ਵੀ ਸਿਲੈਕਟ ਕਰ ਸਕਦੇ ਅਤੇ ਨੀਚੇ ਐਂਟਰ ਅਮਾਊਂਟ ਵੀ ਕਰ ਸਕਦੇ ਹਾਂ। ਜਿੱਦਾਂ ਮੈਂ ਕਰ ਲਿਆ 3500 ਸਿਲੈਕਟ। ਹੁਣ ਇਸ ਤੋਂ ਆਪਾਂ ਗ੍ਰਾਫ ਟਰਾਈ ਕਰਾਂਗੇ, ਮਾਊਂਟੇਨ ਲਾਈਨ ਕੈਂਡਲਸ ਬਾਰ, ਹੈ ਨਾ, ਮਾਊਂਟੇਨਸ ਟਰਾਈ ਕਰਾਂਗੇ। ਦੇਖੋ ਮੈਂ ਐਨਾਲਾਈਜ਼ ਕੀਤਾ, ਗ੍ਰਾਫ ਅਪ ਜਾ ਰਿਹਾ ਤਾਂ ਮੈਂ ਅਪ 'ਤੇ ਟ੍ਰੇਡ ਕਰ ਦਿੱਤਾ। ਮੇਰੇ ਅਕਾਊਂਟ 'ਚ ਆ ਗਏ ਆ 6,405 ਰੁਪਏ ਅਤੇ ਰੀਅਲ ਅਕਾਊਂਟ 'ਚ ਬੈਲ ਹੋ ਗਿਆ 26,683 ਰੁਪਏ। ਵਿਡਰਾਅ ਫੰਡਸ 'ਤੇ ਕਲਿੱਕ ਕਰਕੇ ਬਿਨਾਂ ਕਿਸੇ ਨੂੰ ਪੈਸੇ ਦਿੱਤੇ ਬੈਲੈਂਸ ਨੂੰ ਸਿੱਧਾ ਤੁਸੀਂ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰ ਸਕਦੇ ਹੋ। ਯੈਸ, ਕਿਉਂ ਆਉਂਦੇ ਕਿ ਨਹੀਂ ਪੈਸੇ? ਜਲਦੀ ਜਾਓ, ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਅਤੇ ਜਾ ਕੇ ਐਪ ਨੂੰ ਇੰਸਟਾਲ ਕਰ ਲਓ। ਅਗਰ ਤੁਸੀਂ ਡਿਸਕ੍ਰਿਪਸ਼ਨ ਦੇ ਲਿੰਕ ਤੋਂ ਐਪ ਨੂੰ ਇੰਸਟਾਲ ਕਰੋਗੇ ਨਾ, $1,000 ਤੁਹਾਨੂੰ ਡੈਮੋ ਅਕਾਊਂਟ 'ਚ ਮਿਲ ਜਾਣਾ। $1,000 ਡੈਮੋ ਅਕਾਊਂਟ 'ਚ ਇੰਸਟਾਲ ਕਰਦੇ ਹੀ ਭਾਅ ਜੀ, ਜਾਓ ਅਤੇ ਕਰੋ ਟ੍ਰੇਡ ਅਤੇ ਲਓ ਨਜ਼ਾਰੇ। ਕੁੰਡੀਆਂ ਵੀ ਪੱਟੀਆਂ ਜਾਣਗੀਆਂ, ਨਜ਼ਾਰੇ ਹੀ ਬੜੇ ਇੱਥੇ ਤਾਂ। ਮਰ ਮੱਤ ਦੇਖ ਮੇਰੀ ਜਾਨ, ਹੱਸਤੇ ਹੱਸਤੇ ਲੈ ਲੂੰਗਾ ਤੇਰੀ। ਆਹੀ ਬਸ ਆਹੀ ਗੱਲਾਂ ਨੇ ਜਿੰਨਾ ਕਰਕੇ ਮੇਰਾ ਕਦੇ ਕਦੇ ਜੁੱਤੀ ਚੱਕਣ ਨੂੰ ਜੀ ਕਰ ਪੈਂਦਾ, ਫਿਰ ਮੇਰਾ ਜੀ ਕਰਦਾ ਪਹਿਲਾਂ ਵਾਂਗੂ ਫੋਨ 'ਤੇ ਚੱਪਲ ਫੇਰਦਾ। ਪਰ ਇਹਦਾ ਤਾਂ ਕੁਛ ਜਾਣਾ ਨਹੀਂ, ਇਹਦਾ ਤਾਂ ਕੰਮ ਚੱਲ ਹੀ ਜਾਣਾ, ਮੇਰਾ ਮੰਦਾ ਨਾ ਪੈ ਜੇ। ਚੱਪਲ ਠਰਕੀ 'ਤੇ ਵੀ ਵੱਜ ਸਕਦੀ ਹੈ ਮੇਰਾ ਭਰਾ। ਅਗਰ ਪੈਸਾ ਤੇਰੇ ਲਈ ਸਭ ਕੁਛ ਹੈ ਤਾਂ ਆਪਣਾ ਰੇਟ ਬਤਾਨਾ, ਦਿਨ ਦਾ ਜਾਂ ਰਾਤ ਦਾ? ਚੁੱਪ ਲਗਾ ਕੇ ਜਾਂ ਚੁੱਪ ਤੋਂ ਬਿਨਾਂ? ਚੁੱਪ ਲਗਾ ਕੇ। ਚੁੱਪ ਲਗਾ ਕੇ, ਠੀਕ ਆ। ਭਗਵਾਨ। ਹਾਈ ਫ੍ਰੈਂਡਸ, ਅਗਰ ਆਪ ਜ਼ਿੰਦਗੀ ਮੇਂ ਕੁਛ ਕਰਨਾ ਚਾਹਤੇ ਹੋ ਜਾਂ ਬਣਨਾ ਚਾਹਤੇ ਹੋ, ਉਸਕੇ ਲਈ ਠੋਕ ਕੇ ਪੈਸਾ ਕਮਾਓ। 5-star ਜੈਸੀ ਲਗਜ਼ਰੀ ਲਾਈਫ ਜੈਸੇ ਮੈਂ ਜੀਤੀ ਹੂੰ, ਇਹ ਦੇਖੋ ਠੋਕ ਕੇ ਪੈਸਾ ਹੈ ਇਨ ਲੋਗੋ ਕੇ ਪਾਸ। ਇੱਕ ਵਾਰੀ 'ਚ ਆਪਦੀ ਪ੍ਰਮੋਸ਼ਨ ਕਰ ਹੀ ਲੈਂਦੀ ਹੈ, ਜ਼ਿੰਦਗੀ 'ਚ ਕੁਛ ਕਰੋ ਨਾ ਕਰੋ ਪਰ ਠੋਕ ਜ਼ਰੂਰ ਲਓ। ਹਾਂ, ਕੋਈ ਚੱਕਰ ਨਹੀਂ, ਪ੍ਰਮੋਸ਼ਨ ਕਰਨੀ ਤੂੰ ਮੈਂ ਜ਼ਰੂਰੀ ਆ। 5-star ਇਨ ਲਾਈਫ ਕੋਈ ਐਡੀ ਲਗਜ਼ਰੀ ਵੀ ਨਹੀਂ ਗੀ, ਤੂੰ ਵੀ ਚੈੱਕ ਆਊਟ ਕਰਕੇ ਚੱਲੀ ਹੈ ਜੋ ਤੇਰਾ ਕੰਮ ਮੁੱਕ ਗਿਆ। ਫਿਰ ਆਖਣ ਕੇ ਮਾੜਾ ਬੋਲਦੇ ਆ, ਚੁੱਪ ਲਗਾ, ਤੂੰ ਲਗਾ ਮੈਂ ਲਗਾਵਾਂ। ਸੁਣ, ਪਾਣੀ ਪੂਰੀ ਖਾਣੇ ਚਲੇ? ਮੈਂ ਤੋ ਕਬ ਸੇ ਹੂੰ ਰੇਡੀ ਤੇ। ਪਾਣੀ ਪੂਰੀ ਖਾਣ ਨੂੰ ਕਿਹਾ, ਟੋਪੀ ਤਾਂ ਐਡਾ ਚੱਕ ਲਿਆ ਜਿਵੇਂ ਹੱਗਣਪੁਰ ਚੱਲੀ ਹੁੰਦੀ ਹੈ ਤੇ ਲਿੰਡੀ ਚਾਟ ਕਰਵਾਣੀ ਹੁੰਦੀ ਆ। ਹਰ ਜਗ੍ਹਾ ਮੂੰਹ ਮਾਰਨਾ ਏ ਓ ਕਾਕਾ, ਬੰਦਾ ਏ ਕਿ ਕੁੱਤਾ? ਕੋਈ ਸੈਂਸ ਨਹੀਂ ਹੈ ਵੈਸੇ ਤੇਰੀ ਰੀਲਾਂ ਦੀ, ਆਹ ਕਿਹੜਾ ਕੁੱਤਾ ਹੁੰਦਾ ਵੀ ਸਟੈਪ ਥੱਲੇ ਕਰਨ ਨੂੰ ਕੌਣ। ਠਰਕੀ ਵੇ, ਖੁਸ਼ ਹੋ ਗਿਆ। ਅੱਛਾ, ਇਹਨੂੰ ਟਿਪ ਕਹਿੰਦੇ ਆ, ਇਹਨੂੰ ਵੀ ਅੱਜ ਪਤਾ ਲੱਗਿਆ। ਤਣੀਆਂ ਤਣੀਆਂ ਕਰਦਾ ਫਿਰਦਾ ਸੀ ਤੂੰ ਵੀ, ਖੁਸ਼ ਹੈ? ਮੌਤ ਆ ਜਾਏ ਮਗਰ ਰੀਲਸ ਪੇ ਨਾਚਨੇ ਵਾਲੀ ਬੀਵੀ ਨਾ ਆਏ। ਟੰਗ ਚੱਕਣ ਦੀ ਕੀ ਲੋੜ ਹੈ ਜੇ ਬੰਦਾ ਮਿਹਨਤ ਤੇ ਵਿਸ਼ਵਾਸ ਰੱਖਦਾ ਹੋਵੇ? ਪੁੱਠੀ ਮੱਤ ਤੇ ਕਰਡੇ ਪੱਟ ਤੋਂ ਸਵਾ ਤੇਰੇ ਕੋਲੇ ਕੁਛ ਨਹੀਂ ਆ, ਬਸ ਪੁੱਠੇ ਕੰਮੀ ਪਾਈ ਜਾਓ ਸਰ ਨੂੰ, ਉਹ ਚੰਗੇ ਕੰਮ ਲੱਗੋ, ਇਹਦੇ ਕੋਲੇ ਕੀ ਆ। ਅਰੇ ਲਾਲ ਲਾਲ ਆਮ ਕਭੀ ਕੱਚਾ ਨਹੀਂ ਹੋਤਾ, ਲਾਲ ਲਾਲ ਆਮ ਕਭੀ ਕੱਚਾ ਨਹੀਂ ਹੋਤਾ, ਸੋਨੀਆ ਅਰੋੜਾ ਕੀ ਵੀਡੀਓ ਦੇਖਣੇ ਵਾਲਾ ਕੋਈ ਬੱਚਾ ਨਹੀਂ ਹੋਤਾ। ਚਲੋ ਬੱਚਾ, ਤੇਰੇ ਡੈਡ ਬੋਡੀ ਚੁੱਪ ਲਗਾ ਗਏ। ਬੱਚਾ ਨਹੀਂ ਤੇ ਸਾਰੇ ਟਰਕੀ ਆ, ਨਾਲੇ ਆਹ ਟ੍ਰੈਂਡ ਆ ਜਾਂ ਤੇਰਾ ਸੈਂਪਲ ਆ। ਹਾਂ, ਚੁੱਪਲ
ਸੈਂਪਲ ਵੀ ਮਿਲਦਾ ਆਪਾਂ ਨੂੰ ਕੋਈ ਇੱਥੇ, ਮਤਲਬ ਜਿਵੇਂ ਆਪਾਂ ਬਰਫੀ ਲੈਣ ਜਾਂਦੇ ਹਾਂ ਮਿਠਾਈ ਦੁਕਾਨ 'ਤੇ ਟੇਸਟ ਕਰਾਉਂਦੇ ਥੋੜ੍ਹੀ ਆਪਣੇ ਆਹ ਮਾੜਾ ਜਿਹਾ ਪਹਿਲੇ ਦੇਖੀਏ ਜਿਹਦਾ ਸਭ ਕੁਛ ਠੀਕ ਆ ਪਰ ਸ਼ੁਕਰਾਂ 'ਚ ਤੇਲ ਘੱਟ ਲੱਗਦਾ, ਧੱਕਾ ਕਰਕੇ ਵੀ ਫਿਰ ਵੀ ਕੁਛ ਨਹੀਂ ਹਿਲਦਾ। ਸਪਰਿੰਗਲੈਸ ਮੈਨੂੰ ਰੋਮੈਂਸ ਵਾਲਿਆਂ ਸਮਝ ਨਹੀਂ ਆਉਂਦੀ, ਪੁੱਛਣ ਵਾਲਾ ਵਰ ਹਰੇਕ ਬੁੱਲ ਪੁੰਜ ਲੱਗ ਜਾਂਦੀਆਂ। ਐਡਾ ਕੈਡਾ ਕੀ ਸੀ ਬੁੱਲ ਤੇ ਵੀ ਜਿਹੜਾ ਲਿਆ ਹੀ ਨਹੀਂ, ਬੁੱਲ ਪੁੰਜ ਨੂੰ ਕੀ ਸੀ ਲਿੰਡਾ ਲੱਗਾ ਬੁੱਲ ਤੇ। ਮੇਰੇ ਸਸੁਰਾਲ ਵਾਲੇ ਵੀ ਬਹੁਤ ਆਲਸੀ ਹੈ, ਅਭੀ ਤੱਕ ਮੁਝੇ ਢੂੰਢ ਹੀ ਨਹੀਂ ਪਾਏ। ਉਹਨਾਂ ਨੂੰ ਆਖਦੇ ਫਿਰ ਵੀ ਰਾਤੀ ਨਿਕਲਿਆ ਕਰੋ ਲੱਭਣ ਨੂੰ, ਫਿਰ ਮਿਲੂਗੀ ਸ਼ਕੀਰਾ ਤੁਹਾਡੀ। ਬਸ ਠਰਕੀਆ ਬਸ, ਇੰਨਾ ਵੀ ਨਾ ਰੱਜਿਆ ਰਹਿ। ਅੱਜ ਦੇ ਲਈ ਇੰਨਾ ਯਾਰ, ਵੀਡੀਓ ਲਾਈਕ ਮਿੰਟ 'ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਰੀਲਾਂ ਮੈਂ ਪਹਿਲਾਂ ਵੀ ਆਖਦਾ ਟੂ ਮੱਚ ਇੰਪੋਰਟੈਂਟ ਨੇ, ਪਾਉਣੀਆਂ ਪਾਓ, ਜਿਨ੍ਹਾਂ ਦਾ ਜੀ ਕਰਦਾ ਪਾਓ, ਪਰ ਇੱਕ ਲਿਮਿਟ 'ਚ ਪਾਓ। ਆ ਕਈ ਵਿਆਹ ਵਾਰੇ ਉਹੀ ਲੱਗੇ ਪਏ ਜਨਾਨੀ ਨੂੰ ਮੂਹਰੇ ਕਰਕੇ, ਆ ਵੀ ਪਹਿਲਾਂ ਤੂੰ ਹੀ ਰੀਲ ਬਣਾ ਲਾ, ਤੇਰੇ ਮੂੰਹ ਨੂੰ ਜ਼ਿਆਦਾ ਲਾਈਕ ਆਉਂਦੇ ਆ, ਫਿਰ ਆਖਣਗੇ ਤੁਹਾਡੀ ਤਾਂ ਸੋਚ ਹੀ ਛੋਟੀ ਆ, ਤੁਸੀਂ ਤਾਂ ਕਿਸੇ ਹੋਰ ਦੀ ਘਰ ਲਈ ਚੱਲਣ ਨਹੀਂ ਦਿੰਦੇ। ਉਹ ਭਰਾਵਾ ਅਸੀਂ ਕੀ ਲੈਣਾ ਤੁਹਾਡੇ ਵਾਲੀਆਂ ਮਾਡਲਾਂ ਤੋਂ, ਪੁੱਛਣ ਵਾਲਾ ਪੰਜਾਬੀ ਇੰਡਸਟਰੀ ਦੀਆਂ ਮਾਡਲਾਂ ਫਿੱਕੀਆਂ ਪਾ ਦਿੰਦੀਆਂ, ਰੋਜ਼ ਹੀ ਲਾ ਗਏ ਤੜਕੇ ਨਹਾ ਨੂ ਕੇ ਐਂ ਕਰਨ। ਉਹ ਭਰਾਵਾ ਰੋਟੀ ਜ਼ਿਆਦਾ ਜ਼ਰੂਰੀ ਆਹ ਕੰਮਾਂ ਤੋਂ, ਇਹਨੇ ਤਾਂ ਜਮੀ ਬੇੜਾ ਗਰਕ ਕੀਤਾ ਪਿਆ, ਕੋਈ ਚੱਕਰ ਮਿੰਟ ਨਹੀਂ ਠਕਵਾਓ, ਕੋਈ ਚੱਕਰ ਨਹੀਂ ਭੁੱਲਗਾ, ਇਹ ਤਾਂ ਮੈਂ ਕਰਦਾ ਸਿੱਧੀ। ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ, ਨਾਲੇ ਕੁੜੀਆਂ ਸਪੈਸ਼ਲੀ ਧਿਆਨ ਰੱਖਿਆ ਕਰੋ ਆਹ ਕੰਮਾਂ ਤੋਂ। ਉਹ ਦੂਰੀ ਠੀਕ ਆ, ਰੋਟੀ ਖਾ ਲਓ ਬਹੁਤ ਆ, ਪਰੌਂਠਾ ਭਾ ਤੇ।